ਦਿੱਲੀ ਵਿੱਚ ਨੈਸ਼ਨਲ ਸ਼ਡਿਊਲ ਕਾਸਟ ਫਾਈਨੈਂਸ ਐਂਡ ਡਿਵੈਲਪਮੈਂਟ ਕਾਰਪੋਰੇਸ਼ਨ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਅਤੇ BSE ਇੰਸਟੀਚਿਊਟ ਯਾਨੀ ਕਿ BSE ਦੇ ਵਿੱਚ ਇੱਕ ਸਮਝੌਤਾ ਹੋਇਆ ਹੈ। ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦੀ ਮੌਜੂਦਗੀ ਵਿੱਚ BSE ਦੇ ਨਿਰਦੇਸ਼ਕ ਆਸ਼ੀਸ਼ ਚੌਹਾਨ ਅਤੇ NSFDC ਦੇ CMD ਸ਼ਿਆਮ ਕਪੂਰ ਨੇ ਸਮਝੌਤੇ 'ਤੇ ਸਹੀ ਪਾਈ। ਇਸ ਸਮਝੌਤੇ ਤਹਿਤ ਹੁਸ਼ਿਆਰਪੁਰ ਵਿੱਚ 25 ਦਸੰਬਰ ਤੋਂ DAV ਵਿੱਚ SC ਭਾਈਚਾਰੇ ਨਾਲ ਸੰਬੰਧਿਤ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਲਈ ਵੱਖ ਵੱਖ ਕੋਰਸ ਕਰਵਾਏ ਜਾਣਗੇ। ਇਸ ਵਿੱਚ ਵਿਦਿਆਰਥੀਆਂ ਨੂੰ ਸਿਖਾਉਣ ਦੀ ਫੀਸ ਅਤੇ 1500 ਦਾ ਵਜ਼ੀਫਾ ਸਰਕਾਰ ਵੱਲੋਂ NSFDC ਅਦਾ ਕਰੇਗੀ। ਸਾਂਪਲਾ ਨੇ ਕਿਹਾ ਕਿ ਇਸ MOU ਦਾ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਫਾਇਦਾ ਹੋਵੇਗਾ।